السلام عليكم، عامل ايه؟ اسمع انت سر بي يوتيوب چینل سراكي ولوگز. الله تعالی رحمت کرم فضل او شکر دینا لائی دا بلاگ ان سے شروع جڑے ساڈے چینل تے نئے چینل کو جلدی جلدی مار کے سبسکرائب تے ولا شروع کرن اج دی مزدار ویڈیو. تو ماشاءاللہ ویور سچنے پی اس اج سین پیدل ویندا پے پیدل ماشاءاللہ. اج میں کہ تھوڑی جی تو چلو واک بھی کریندے جلوں تے میں جلدے سے دیر دی طرف تے ਉਹਨੇ ਹੀ ਥੋੜ੍ਹਾ ਜਿਹਾ ਜਿਹੜਾ ਕਾਹ ਖੜੇ. ਚਲੋ ਥੋੜ੍ਹਾ ਥੋੜ੍ਹਾ ਵੀ ਅਰਜ਼ ਕਾਹ 'ਤੇ ਅਤੇ ਕੱਪੀ ਰੱਖੂੰ ਖੁਦ. ਇੱਕ ਤਾਂ ਮਾਲ ਵੀ ਅਰਜ਼ ਰਾਜ ਵੇ ਸੀ ਅਤੇ ਦੂਜਾ ਝੋਨਾ ਵੀ ਸਾਡੇ ਜਿਹੜਾ ਉਹ ਸਾਬਤੀ ਵੇ ਸੀ. ਅਤੇ ਸੁਬਹਾ ਸੁਬਹਾ ਦਾ ਮਾਸ਼ਾਅੱਲਾ ਬਹੁਤ ਪਿਆਰਾ ਮੰਜ਼ਰ ਹੈ. 5:30 ਦਾ ਟਾਈਮ ਹੈ, ਦੇਖੋ ਸੂਰਜ ਮਾਸ਼ਾਅੱਲਾ ਨਿਕਲਿਆ ਖੜੇ ਮਾੜਾ ਮਾੜਾ. ਦੇਖੋ ਇਹ ਸੀ ਮਾਸ਼ਾਅੱਲਾ ਸੁਬਹਾ ਸੁਬਹਾ ਦਾ ਟਾਈਮ ਹੈ ਅਤੇ ਠੰਡੀ ਠੰਡੀ ਮਾਸ਼ਾਅੱਲਾ ਹਵਾ ਚੱਲੀ ਖੜੀ ਹੈ. ਅਤੇ ਠੰਡੀ ਠੰਡੀ ਹਵਾ ਹੋਵੇ ਅਤੇ ਵੀਅਰਸ ਪੈਦਲ ਬੰਦਾ ਵਾਕ ਵੀ ਕਰਦਾ ਵਜੇ ਅਤੇ ਟੁੱਟਦਾ ਵਜੇ ਅਤੇ ਵੀਅਰਸ ਮਜ਼ਾ ਵੀ ਆ ਜਾਂਦੇ. ਅਤੇ ਹੁਣ ਇਵੇਂ ਮੌਸਮ ਵੀਅਰਸ ਕੇ ਤਾਂ ਖੱਟ ਸੱਟੀ ਪਈ ਹੋਵੇ ਅਤੇ ਬੰਦਾ ਸੁੰਮ ਪਵੇ. ਇਤਨੀ ਸੀ ਮਾਸ਼ਾਅੱਲਾ ਠੰਡੀ ਠੰਡੀ ਹਵਾ ਚੱਲੀ ਖੜੀ ਹੈ. ਅਤੇ ਅਗਰ ਸ਼ਹਿਰ 'ਚ ਸੂਰਜ ਮਾਸ਼ਾਅੱਲਾ ਸੂਰਜ ਦਾ ਪਹਿਲਾ ਪਹਿਲਾ ਵਿਊ ਇੰਜੋਏ ਕਰਨੇ ਤਾਂ ਦਿਹਾਤਾਂ ਤਾਂ ਆ ਤਾਂ ਕਰੋ ਵੱਲ ਦੇਖੋ ਬਈ ਸੁਬਹਾ ਸੁਬਹਾ ਦਾ ਜਿਹੜਾ ਵਿਊ ਆਉਂਦੇ ਨਾ ਕੈਸਾ ਆਉਂਦੇ, ਕਮਾਲ ਦਾ ਹੁੰਦੇ ਜਾਂ ਕੈ ਨਹੀਂ ਆਉਂਦਾ, ਇਹ ਤੁਸੀਂ ਕਮੈਂਟ ਕਰ ਤਾਂ ਲਾਜ਼ਮੀ ਦੱਸਣਾ ਅਤੇ ਦੇਖ ਜਿਹਨੂੰ ਸਾਹਮਣੇ ਦੇਖਦੇ ਪਏ ਵੇ. ਅਤੇ ਮੈਂ ਕਿਹਾ ਅੱਜ ਚਲੋ ਰਾਤਰੀ ਚਾਹ ਗਿੰਦਾ ਜੁਲਦਾ ਜੁਲਦੇ ਵੀ ਆਪ ਕੋਈ ਕੰਮ ਹੈ ਕਹਿੰਦਾ ਹਾਲੀ ਮੇਕੂੰ. ਅਤੇ ਮੈਂ ਇਹ ਜਿਹੜਾ ਨਾ ਮੁੰਜੀ ਦੇ ਵਿੱਚ ਘਾਹ ਉਹ ਅਸੀਂ ਜੁਲਦੇ ਕੱਪ ਗਿਣਾ, ਕਿਉਂਕਿ ਕਾਫੀ ਜਿਹੜੇ ਨਾ ਕਾਫੀ ਆਵਾਮ ਜਿਹੜੀ ਉਹ ਮੇਰੇ ਕੋਲ ਪੁੱਛਦੀ ਖੜੀ ਆ ਦੀਏ ਕਿ ਘਾਹ ਦਾਸ ਜਿਹੜਾ ਅਸਾਂ ਕੱਪੂ. ਹੁਣ ਘਾਹ ਉਹਨਾਂ ਕੋਈ ਝੋਨੇ ਝੋਨੇ ਚਾਹਦਾ ਅਤੇ ਝੋਨਾ ਕੋ ਪਹਿਨ ਲਓ ਇਸਾਂ ਕਿ ਮੈਂ ਕਿਉਂ ਨਾ ਆਪ ਹੀ ਕੱਪ ਕੀਤਾ ਵਜੇ. ਹੁਣ ਜੁਲਦਾ ਪਿਆ ਜੁਲ ਅਤੇ ਜਿਹੜਾ ਝੋਨੇ ਦੇ ਵਿੱਚੋਂ ਖਾਏ ਉਹ ਆਪ ਹੀ ਕੱਪੇ ਸਾਂ. ਅਤੇ ਇਵੇਂ ਮੈਂ ਵਾਕ ਵੀ ਕਰੇ ਨਾ ਮੈਂ ਨਾ ਅਤੇ ਆਸਤੇ ਆਸਤੇ ਟੁੱਟਦਾ ਵੀ ਮੈਂ ਨਾ. ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਚੈਨਲ ਕੋਈ ਜਲਦੀ ਜਲਦੀ ਮਾਰ ਕੇ ਸਬਸਕ੍ਰਾਈਬ ਤਾਂ ਕਿ ਮੇਰੀ ਤਮਾਮ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ. ਫਿਰ ਗੱਲ ਹੈ ਵੀਅਰਸ ਕਿ ਕਿਤਨੇ ਮਹੀਨਿਆਂ ਬਾਅਦ ਸੀ ਮੈਂ ਜਿਹੜਾ ਨਾ ਖਾਲਾ ਖਾਲਾ ਗਿਣਦੇ ਦੇ ਬਿਨਾਂ ਪਈਆਂ. ਇਹ ਤੁਸੀਂ ਵੀਡੀਓ ਦੇ ਵਿੱਚ ਵੀ ਦੇਦੇ ਰਹਿ ਗਏ ਉਸ. ਅਤੇ ਕਿਤਨੀ ਮਹੀਨੇ ਬਾਅਦ ਜਾਂ ਸਾਲ ਤਾਂ ਨਹੀਂ ਸਿਆ ਤੇ ਮਹੀਨੇ ਲਾ ਗਿਨੋ ਕੋਈ 3-4 ਮਹੀਨੇ ਲਾ ਗਿਨੋ ਜਾਂ ਘੱਟ ਵੱਧ ਲਾ ਗਿਨੋ. ਸ਼ਾਇਦ ਕਿਤੇ ਮੈਂ ਗਿਆ ਹਾਂ ਪੈਦਲ ਤਾਂ ਪਹਿਲੇ ਸੀ ਮੋਟਰਸਾਈਕਲ ਦੇ ਬਿਨਾਂ ਨਾ ਮੋਟਰਸਾਈਕਲ ਆਏ ਸੀ ਪੈਟਰੋਲ ਥੋੜ੍ਹਾ ਘਾਟੇ ਪੋਈ ਤਾਂ ਵਜਾਂ ਵੱਲ ਵਾਪਸੀ ਦਾ ਕਹਿਣਾ ਹੱਥ ਦੇ ਰੇ ਤੂੰ ਆਉਣ ਦਾ. ਅਤੇ ਇਸ ਕਰਕੇ ਮੈਂ ਕਿਹਾ ਚਲੋ ਕਿਉਂ ਨਾ ਸੁਬਹਾ ਸੁਬਹਾ ਪੈਦਲ ਹੀ ਜੁਲੂੰ. ਚਲੋ ਵਾਕ ਵੀ ਰੋਜ਼ ਦੀ ਥੀ ਵੀ ਰਿਹਾ ਸੀ ਅਤੇ ਹੁਣ ਕੋਸ਼ਿਸ਼ ਕਰੇ ਸੂਰਸ ਕੇ ਜਿਹੜੀ ਹੈ ਨਾ ਸੁਬਹਾ ਸੁਬਹਾ ਦੀ ਵਾਕ ਵੀ ਬੰਦਾ ਕਰਿੰਦਾ ਵਜੇ ਅਤੇ ਫਿਰਦਾ ਟੁੱਟਦਾ ਹੀ ਵਜੇ. ਅਤੇ ਸੁਬਹਾ ਸੁਬਹਾ ਦਾ ਜਿਹੜਾ ਇੰਜੋਏ ਆਉਂਦਾ ਨਾ ਮੌਸ ਵੀਅਰਸ ਆ ਅਤੇ ਮਾਸ਼ਾਅੱਲਾ ਘਾਹ ਸੀ ਕਪਿਆਂ ਬੈਠਾ ਝੋਨੇ ਦੇ ਵਿੱਚੋਂ. ਇੱਕ ਤਾਂ ਮਾਸ਼ਾਅੱਲਾ ਝੋਨਾ ਦਾ ਝੋਨਾ ਸਾਫ਼ ਕੀਤੀ ਮੈਂ ਦੂਜਾ ਅਤੇ ਘਾਹ ਦਾ ਘਾਹ ਹੀ ਮਾਸ਼ਾਅੱਲਾ ਬਣਦਾ ਵੇਂਦੇ. ਅਤੇ ਦੇਖੋ ਇੱਕ ਤੀਰ ਨਾਲ ਡੂ ਸ਼ਿਕਾਰ ਤੇ ਨੇ ਪੈਨ ਇੱਕ ਤੀਰ ਮਾਰੇ ਤਾਂ ਡੂ ਸ਼ਿਕਾਰ ਘਾਹ ਜਿਹੜਾ ਕੱਪ ਗਿਨ ਸੂ ਉਹ ਮਾਲ ਕੁ ਸੁੱਟੇ ਸੂ ਚਾ ਜੋਨਾ ਦਾ ਜੋਨਾ ਮਾਸ਼ਾਅੱਲਾ ਸਾਫ਼ ਤੇ ਨਾਮ ਸੀ. ਅਤੇ ਇਹ ਗੱਲ ਹੈ ਵੀਅਰਸ ਜਿੱਥਾਂ ਅਸੀਂ ਨਾ ਘਾਹ ਉੱਥਾਂ ਜਿਹੜਾ ਨਾ ਜੋਨੇ ਦੇ ਟਾਂਡਾ ਉਹ ਇੱਕ ਜਾਂ ਡੂ ਖੜੇ ਅਤੇ ਹਿਸਾਂ ਕਿ ਜਿਹੜੇ ਘਾਹ ਕੱਪਣਾ ਲਿਆ ਉਹਨਾਂ ਨੂੰ ਮਿਕਲਦੇ ਹੂੰ ਜਿਹੜੇ ਨਿਜਰੇ ਕਹਿੰਦੀ ਉਹਨਾਂ 'ਤੇ ਬਸ ਦੇ ਮਾਰ ਅਤੇ 4:30 ਵਾਲਾ ਕੰਮ 4 ਰੱਖੇ ਨੇ. ਅਤੇ ਇਹ ਗੱਲ ਹੈ ਵੀਅਰਸ ਕਿ ਜਿਹੜੀ ਹੈ ਨਾ ਆਪਣੀ ਜੋਨੇ ਦੇ ਵਿੱਚੋਂ ਘਾਹ ਕੱਪਣਾ ਉਹ ਕਾਫੀ ਜ਼ਿਆਦਾ ਮੁਸ਼ਕਿਲ ਹੈ. ਅਸੀਂ ਕਿਤਨੇ ਦਿਨ ਬਾਅਦ ਜਿਹੜਾ ਨਾ ਮੈਂ ਅੱਜ ਘਾਹ ਕੱਪਣਾ ਪਿਆਂ ਦੇ ਘਾਹ ਲੇਕਿਨ ਕੱਪਣਾ ਤਾਂ ਹੈ ਵੀਅਰਸ ਕਿ ਕਹਿ ਨਹੀਂ ਕੱਪਣਾ ਕੱਪੇ ਸੂਈ ਕੋਈ ਮੁਕੇ ਸੂਈ ਤਾਂ ਵੀਅਰ ਕੋਈ ਘਾਹ ਕਰਨ ਵਾਲਾ ਵਿੱਚ ਜੋਨੇ ਦੇ ਵਿੱਚ ਕਹਿਣਾ ਪੜ ਸੀ ਨਾ ਜੋਨਾ ਖਰਾਬ ਕਰੇ ਸੀ.
ਤੇ ਇੱਕ ਤਾਂ ਵੀਅਰਸ ਪਤਾ ਨਹੀਂ ਆਵਾਮ ਕੋ ਚਾਹ ਸਮਝਦੀ ਹੈ, ਪਤਾ ਨਹੀਂ ਕਹੀਂ ਦਾ ਨੁਕਸਾਨ ਕਰੇਂਦੇ ਹੋਏ ਜਾਂ ਕਿਆ। ਅਤੇ ਮੈਂ ਅਸੀਂ ਕੱਪੇ ਨਾਲ ਬੈਠਾ, ਮੇਰੇ ਕੋਲ ਉਮੀਦ ਹੈ ਵੀਅਰਸ ਕਿ ਉਹਨਾਂ ਜਾਣ ਪੁੱਛਦੇ ਕਹਿਣਾ ਕੱਪਿਆ ਸੀ, ਕਿਉਂਕਿ ਜਿੱਥਾਂ ਆਏ ਸੀ ਨਾ ਘਾਹ ਉੱਥਾਂ ਇੱਕ ਇੱਕ ਡੂ ਡੂ ਟਾਂਡੇ ਨੇ। ਇਹ ਦੇਖੋ ਨਾ, ਇਹ ਇੱਕ ਟਾਂਡਾ ਖੜ੍ਹੇ ਦੇਖੋ, ਇਵੇਂ ਇਹ ਘਾਹ ਦੇ ਵਿੱਚ, ਇਹ ਦੇਖੋ ਇਹ ਸਾਰਾ ਘਾਹ ਹੀ ਬਾਕੀ, ਇਹ ਵਾਲਾ ਨਾਲ ਨਾਲ ਇਹ ਇੱਕ ਟਾਂਡਾ ਹੈ ਝੋਨੇ ਦਾ। ਅਸੀਂ ਕਹੀਂ ਕਹੀਂ ਕੋਈ ਪਤਾ ਲੱਗਦੇ ਹੁਣ, ਉਹ ਹਨ ਅਸੀਂ ਵੱਡੇ ਬਾਲ ਹੋਵੇ ਤਾਂ ਵੱਲ ਵੀ ਬਾਲ ਪਤਾ ਲੱਗ ਪੈਂਦੇ ਵੀ ਇਹ ਝੋਨੇ ਦਾ ਟਾਂਡਾ। ਉਹਨਾਂ ਤਾਂ ਅਸੀਂ ਆਖਿਆ ਚਲੋ ਘਾਹ ਹੈ, ਰਗੜੀਓ ਵੱਲ ਵੀ ਆ ਗਿਆ, ਇੱਥੇ ਕਿਹੜਾ ਝੋਨਾ ਉਹ ਸੀ। ਅਤੇ ਸਾਨ ਕਿ ਹੁਣ ਵੀਅਰਸ ਕਾਫੀ ਜ਼ਿਆਦਾ ਜਗ੍ਹਾ ਸੀ, ਮਸ਼ਾਲਾ ਮੈਂ ਸਾਫ਼ ਕਰ ਦਿੱਤੀ ਹੈ ਇਹ ਸਾਹਮਣੇ, ਇਹ ਇੱਥੋਂ ਇਹ ਸਾਰਾ ਇਹ ਸਾਫ਼ ਕਰ ਦਿੱਤੇ ਨਹੀਂ, ਇਹ ਦੇਖੋ ਇਹ ਪੇ ਤਿਆ। ਅਤੇ ਵੀਅਰਸ ਘਾਹ ਹੈ ਨਾ, ਘਾਹ ਉਹ ਝੋਨੇ ਕੋਲੋਂ ਕਾਫੀ ਜ਼ਿਆਦਾ ਵੱਡਾ ਵੱਡਾ, ਇਤਨਾ ਇਤਨਾ ਘਾਹ ਹੈ ਵੀਅਰਸ। ਅਤੇ ਅਗਰ ਕੋਈ ਟੱਕਦਾ ਕਰੇ ਨਾ ਤਾਂ ਮਜ਼ਾ ਹੀ ਆ ਵਣੀ ਵੀਅਰਸੋਂ, ਕੋਈ ਜਿਹੜਾ ਮਾਲ ਕੋ ਪੇ ਸੀ ਨਾ ਵਾਂਝਤੇ ਤਾਂ ਚੱਸਾਂ ਕਰੇ ਸੀ, ਕਿਆ ਘਾਹ ਹੈ ਮਾਸ਼ਾਲਾ। ਅਤੇ ਹੁਣ ਮੈਂ ਸੀ ਇਮਰਾਨ ਭਾਈ ਉਡੂੰ ਘਾਹ, ਮੇਰੇ ਕੋਲ ਉਮੀਦ ਹੈ ਕੱਪੀ ਖੜਾ ਹੋ ਸੀ, ਅਤੇ ਉਹ ਤਿੰਨ ਦੇਰ ਇਹ ਵਾਲੀ ਨੁੱਕਰ ਮੈਂ ਸੀ ਵੀਅਰਸ ਖਾਲੀ ਕਰ ਗਈ ਨਾ ਇਹ ਵਾਲੀ, ਇੱਥੋਂ ਇਹ ਵਾਲੀ। ਅਤੇ ਵੱਲ ਉਹ ਆਉਂਦੇ ਉਹਦੇ ਤਾਂ ਘਾਹ ਲੱਡਵੇਂ ਸੀ, ਉਹ ਲੜ ਤੇ ਵੇਸੀ ਪਿਆ। ਅਤੇ ਮੈਂ ਤਾਂ ਵੀਅਰਸ ਤੱਕ ਪਤਾ ਪੈਦਲ ਆਇਆ, ਹੁਣ ਦੇਖਦੇ ਸੀ ਪੈਦਲ ਵੇਨਾ ਘਰ ਜਾ ਵੀਅਰਸ। ਅਬੂ ਜਾਨ ਵੀ ਆਏ ਵੇ ਦਿਨ ਮੋਟਰਸਾਈਕਲ ਛਿੱਕ ਤੇ, ਸ਼ਾਇਦ ਉਹ ਪਹਿਲੇ ਗਏ ਪਏ ਤਾਂ ਵੱਲ ਵੇਸਨ ਪਏ, ਅਗਰ ਨਾ ਗਏ ਪਏ ਤਾਂ ਵੱਲ ਅਬੂ ਜਾਨ ਨਾਲ ਮਸ਼ਾਲਾ ਚਾੜਤੇ ਮੋਟਰਸਾਈਕਲ ਦੇ ਤਾਂ ਵੱਲ ਜੁਲਸੂ ਪਏ। ਅਤੇ ਹਾਲੀ ਇਮਰਾਨ ਭਾਈ ਅਮਸੀ ਵਾਲਾ ਤੂੜੀ ਪਏ ਸੀ, ਤੂੜੀ ਪਾਉਣ ਤੋਂ ਬਾਅਦ ਇੱਥੇ ਜਿਹੜੇ ਰੇੜੀ ਗਏ ਅਮਸੀ ਵਾਲੇ ਦੇ ਵਿੱਚ ਘਾਹ ਜਿਹੜਾ ਚਾਹ ਅਤੇ ਰੇੜੀ ਦੇ ਉੱਤੇ ਸਟੇ ਸੂ। ਚਲੋ ਅਲਹਮਦੁਲਿਲਾ ਵੀਅਰ ਮਸ਼ਾਲਾ ਰੇੜੀ ਅਤੇ ਘਾਹ ਅਸੀਂ ਲੋਲ ਕਰ ਦਿੱਤੇ, ਅਤੇ ਰੇੜੀ ਮਸ਼ਾਲਾ ਇਮਰਾਨ ਭਾਈ ਗੇਂਦ ਤੇ ਹੁਣ ਵੇਂਦਾ ਪਏ, ਅਤੇ ਅਬੂ ਜਾਨ ਮਸ਼ਾਲਾ ਇਹਨੂੰ ਪਨੀਰੀ ਫਿਰਦੇ ਹੋਏ ਦਿਨ, ਅਤੇ ਮੈਂ ਵੀ ਫਿਰਦਾ ਵਾਲਾ ਰਵਾਨਾ ਥੀਂਦੇ ਸੀ ਘਰ ਦੀ ਤਰਫ। ਅਤੇ ਚਲੋ ਅਬੂ ਜਾਨ ਨਾਲ ਮਸ਼ਾਲਾ ਮੋਟਰਸਾਈਕਲ ਤੋਂ ਚਾੜਤੇ ਪਏ ਸੁਣ ਪਏ, ਅਤੇ ਫਿਰ ਰਾਤਰੀ ਮੈਂ ਲੈ ਗਈ ਨਾ ਰਾਤੀ ਵੀ ਮੇਰੇ ਕੋਲ ਦੇ ਥੀ ਭੁੱਲ ਗਿਆ ਜਾਂ ਦੇਰ ਤੇ ਕਹਿ ਨਹੀਂ ਪੀ ਵੀਅਰਸ, ਰਾਤਰੀ ਚਾਹ ਗਏ ਅਤੇ ਅਬੂ ਜਾਨ ਦੇ ਮੈਂ ਹੁਣ ਨੀਵੀ ਫਿਰਦੇ ਸੀ, ਮੈਂ ਰਵਾਨਾ ਥੀਂਦੇ ਘਰ ਦੀ ਤਰਫ, ਪਹਿਲੇ ਉੱਥੇ ਜੁੱਤੀ ਮਸ਼ਾਲਾ ਪਾ ਗਈ ਨਾ ਮੈਂ ਮੇਰੇ ਕੋਲ ਸਾਹਮਣੇ ਅਬੂ ਜਾਨ ਵਧਣ ਦੇ। ਇਹ ਵੀ ਮਾਸ਼ਾਅੱਲਾ ਜੁੱਤੀ ਫਿਰ ਦੋਵੇਂ ਸੀ ਜੁਲ ਤੇ ਖਾਲੇ ਤੋਂ ਖਾਲੇ ਤੋਂ ਫਿਰ ਦੋ ਤੇ ਪਰ ਬੰਨ ਸੀ ਘਰ ਦੀ ਤਰਫ। ਕੱਲ ਖਾ ਦੇ ਪਾ ਗਿਆ ਡੇ ਪੀ ਭਾਈ ਦੋ ਇੱਕ ਕਿਲੋ ਜੀ ਡੇਗ ਨਹੀਂ ਦੋ ਕਿਲੋ ਯੂਰੀਆ ਬਾਅਦ ਚ ਪਾ ਰਿਹਾ ਸੁਣ ਡੀ ਏ ਪੀ ਵਾਲੀ ਪੈਣੀ ਜੁੰਮੇ ਦਾ ਟਾਈਮ ਦਿੰਦਾ ਪਿਆ ਅਤੇ ਮੋਟਰ ਡੇਗੀ ਨੂੰ ਪਾਣੀ ਦੇ ਦੀ ਪਿਆ ਥੋੜ੍ਹਾ ਥੋੜ੍ਹਾ, ਮੇਰੇ ਕੋਲ ਆਦਾ ਪਿਆ ਖੋਲਤੇ ਅਤੇ ਚੈੱਕ ਕਰ ਯਾਰ ਇੰਜੀਨੀਅਰ, ਇਹ ਚੈੱਕ ਮੈਂ ਕਰਾਂ ਪੁੱਛੂ ਆਏ ਨਿਕਲੋ ਇੰਜੀਨੀਅਰ ਕਿੱਦਾਂ ਕਰੇ ਦਾ ਰਹਿ ਗਏ। ਹਾਂ ਇੰਜੀਨੀਅਰ ਖੋ ਤੂੰ ਹੀ ਮੈਂ ਚੈੱਕ ਕਰਾਂ ਹਾਂ ਇਹ ਸੀ ਮਾਸ਼ਾਅੱਲਾ ਹੈ ਦੇਖੋ ਦਮਦਾ ਵੀ ਪਿਆ ਜੁੰਮੇ ਦਾ ਵੀ ਵਰਸ ਟਾਈਮ ਥੀਵਣ ਵਾਲਾ ਹੈ, ਮੈਂ ਹਾਲੀ ਉਵੇਂ ਖੜਾ ਪਿਆ ਮੈਂ ਵੀ ਵਰਸ ਤਿਆਰੀ ਕਰਨੀ ਹੈ ਅਤੇ ਜੁੰਮੇ ਦਾ ਟਾਈਮ ਮਾਸ਼ਾਅੱਲਾ ਥੀਂਦਾ ਪਿਆ ਅਤੇ ਮੇਰੇ ਕੋਲ ਆਦੇ ਮੋਟਰ ਜਿਹੜੀ ਹੈ ਨਾ ਖੋਲ ਅਤੇ ਚੈੱਕ ਕਰ ਵੀ ਮੋਟਰ ਕਹਿ ਜਿਹੜਾ ਪਾਣੀ ਦੇ ਨਿਕਲੀ ਥੋੜ੍ਹਾ ਥੋੜ੍ਹਾ ਮੇਰੇ ਕੋਲ
ਅਸੀਂ ਇਨਸ਼ਾਅੱਲਾ ਹੁਣ ਗਰਮੀ ਦੇ ਵਿੱਚ ਤਾਂ ਨਹੀਂ ਖੋਲਦੇ ਚੱਕ ਪੀਂਦੀ, ਹੁਣ ਵਿਹਲੇ ਟਾਈਮ ਜਿਹੜਾ ਨਾ ਖੋਲਦੇ ਚੱਕ ਕਰੇ ਸੋ। ਗਰਮੀਆਂ 'ਚ ਇਵੇਂ ਥੀ ਵੀ ਰਹਿੰਦੀ ਹੈ, ਸੁੱਕੀ ਥੀ ਵੀ ਗਰਮੀ ਦੇ ਖਾਂ ਕਿਤਨੀ ਹੈ, ਕਾਰ ਦੀ ਗਰਮੀ ਵਿਅਰਥ ਪਾਉਂਦੀ ਪਈ ਹੈ। ਅਤੇ ਮਾਸ਼ਾਅੱਲਾ ਜੁੰਮੇ ਦਾ ਟਾਈਮ ਵੀ ਥੀ ਵੀ ਦੇ ਵੱਲ ਅਸੀਂ ਰੈਡੀ ਥੀਂਦੇ ਸੀ ਅਤੇ ਵੱਲ ਜੁੰਮੇ ਦੀ ਤਰਫ ਰਵਾਨਾ ਥੀਂਦੇ ਸੀ। ਤੋ ਅਲਹਮਦੁਲਿਲਾ ਵਿਅਰਥ ਮਾਸ਼ਾਅੱਲਾ ਥਾਂ 'ਤੇ ਮਾਸ਼ਾਅੱਲਾ ਰੈਡੀ ਥੀ ਗਿਆ, ਅਤੇ ਹੁਣ ਬਿਨਾਂ ਪਿਆ ਮਾਸ਼ਾਅੱਲਾ ਜੁੰਮੇ 'ਤੇ ਜੁਲਦੇ ਸੀ ਜੁਲਦੇ ਮਾਸ਼ਾਅੱਲਾ ਜੁੰਮਾ ਪਾੜਤੇ ਆਉਂਦੇ ਸੀ ਘਰ। ਚਲੋ ਵੀਅਰਸ ਹੁਣ ਅਸੀਂ ਮਾਸ਼ਾਅੱਲਾ ਆਉਂਦੇ ਸੀ ਜੁੰਮਾ ਪਾੜਤੇ ਵੱਲ ਆ ਅਤੇ ਵੀਅਰਸ ਤੱਕ ਮਿਲਦੇ ਸੀ ਕਿਉਂਕਿ ਖੁਤਬਾ ਅਸੀਂ ਥੀ ਗਏ। ਔਰ ਇੱਕ ਉਹ ਵੀ ਵੱਜਦੇ ਹੋਏ ਨੇ ਮੁਹੰਮਦ ਹੋਣੀ ਵੀਅਰਸ ਮਾਸ਼ਾਅੱਲਾ ਜੁੰਮਾ ਸੀ ਮਾਸ਼ਾਅੱਲਾ ਪਾੜਤੇ ਆ ਗਿਆ ਮੈਂ ਘਰ, ਅਤੇ ਹੁਣ ਮਾਸ਼ਾਅੱਲਾ ਤੱਕ ਮੈਂ ਲਿਖਾਵਾਂ ਮਾਸ਼ਾਅੱਲਾ ਇਹ ਸੀ ਦਾਣੇ ਦਾਣੇ ਦੇ ਗਏ ਨਾ ਸੁਬਾਹ ਦੇ ਜਿਹੜੇ ਨਾ ਪ੍ਰਸਾਦ ਰੱਖੀ ਖੜਾ ਮੈਂ ਮੈਂ ਕਿ ਕਿਉਂ ਨਾ ਜਿਹੜੇ ਦਾਣੇ ਨਾ ਨਵਾਂ ਦਾਣਾ ਹੈ ਅਤੇ ਸਾਂ ਕਿ ਜਿਹੜਾ ਨਾ ਮੈਂ ਪ੍ਰਸਾਦ 'ਤੇ ਪੈਂਦਾ ਰਹਿਣਾ ਕਿਉਂਕਿ ਨਵਾਂ ਦਾਣਾ ਵਿਅਰਥ ਹੁੰਦੇ ਗਰਮ, ਅਤੇ ਹਿੰਨਾ ਕੋ ਸਹੀ ਸਾਰਾ ਡੀਂ ਸੀ ਵਿਅਰਥ ਪੁੱਸੇ ਪੈ ਰਹਿੰਦੇ ਨੇ, ਅਤੇ ਦੇਖੋ ਮਾਸ਼ਾਅੱਲਾ ਦਾਣੇ ਜਿਹੜੇ ਨਾ ਕਾਫੀ ਜ਼ਿਆਦਾ ਫੁੱਲ ਪੈਂਦੇ ਨੇ ਵੱਲ ਸੀ ਸ਼ਾਮ ਤੋਂ ਇਹਨਾਂ ਕੋ ਦਾਣੇ ਪੈਂਦੇ ਰਹਿੰਦੇ ਦੇਖੋ ਮਾਸ਼ਾਅੱਲਾ। ਇਹ ਹੁਣ ਸੀ ਠੰਡੇ, ਹੁਣ ਠੰਡੇ ਠੰਡੇ ਪਾਣੀ ਨਾਲ ਇਹਨਾਂ ਕੋ ਠੰਡਾ ਕੀਤੇ ਮੈਂ, ਅਤੇ ਹੁਣ ਮਾਸ਼ਾਅੱਲਾ ਇਹ ਜਿਹੜੇ ਸਾਹਮਣੇ ਜਾਲੀ ਵਾਲੇ ਨੇ ਇਹਨਾਂ ਕੋ ਪੈਣਾ, ਇਹ ਮਾਸ਼ਾਅੱਲਾ ਦੇਖੋ ਪਿੱਲਰ 'ਤੇ ਸਰਕਾਰੀ ਬੈਠੇ ਤੇ ਆਏ ਮਾਸ਼ਾਅੱਲਾ ਸਰਕਾਰੀ ਕੁਛ ਛੋੜ ਦਿੱਤੇ ਮੈਂ ਮੈਂ ਕਿਹਾ ਅਸੀਂ ਸਰਕਾਰੀ ਵਿਅਰਥ ਦੇ ਰੇਸਰ ਕਬੂਤਰ ਨਾ ਜਿਹੜਾ ਸਰਕਾਰੀ ਮੈਂ ਅਸੀਂ ਖੁੱਲ੍ਹਾ ਵਧਾ ਰਹਿੰਦੇ ਸਾਰਾ ਦਿਨ, ਉਹ ਵਾਲੇ ਵੀ ਹੁਣ ਢੱਕੇ ਮੈਂ ਜਲੇ ਜੁੰਮੇ 'ਤੇ ਵਜਣ ਲੱਗਾ, ਅਤੇ ਹੁਣ ਮਾਸ਼ਾਅੱਲਾ ਜਿਹੜੇ ਜਾਲ ਚ ਇਹਨਾਂ ਕੋਲ ਵੀ ਦਾਣੇ ਪੈਂਦੇ ਸੀ, ਦਾਣੇ ਅਸੀਂ ਕਿਵੇਂ ਪਾਉਣੇ ਚਲੋ ਮੈਂ ਤੁਹਾਨੂੰ ਦੱਸੇ ਨਾ। ਅਤੇ ਮਾਸ਼ਾਅੱਲਾ ਦੇਖੋ ਸੀਹੜ ਬੈਠਣ 'ਤੇ ਗਰਮੀ ਦੇਖੋ ਗਰਮੀ ਕਿਤਨੀ, ਇਹ ਦੇਖੋ ਗਰਮੀ ਦੇ ਵਿੱਚ ਬੈਠਣ 'ਤੇ, ਅਤੇ ਮੋਟਰ ਚਲਾ ਅਤੇ ਇਹਨਾਂ ਕੋਲ ਵੀ ਪਾਣੀ ਮਰੇ ਨਾ ਇਹਨਾਂ ਦੀ ਖੁੱਡੀ 'ਚ ਵੀ, ਤਾਂ ਕਿ ਖੁੱਡੀ ਤੈਲੂ ਠੰਡੀ ਥੀ ਵਜੇ ਅਤੇ ਠੰਡੀ ਠੰਡੀ ਜਗ੍ਹਾ 'ਤੇ ਵੀ ਵਰਜੇ ਬਹਿ ਦੇਣ। ਅਤੇ ਇਹ ਵਾਲੇ ਹੁਣ ਦਾਣੇ ਸੀ ਕਠਿੰਦੇ ਸੀ ਉਹਦੇ ਉੱਤੇ ਵਾਲੇ ਨਾ ਸੁੱਕੇਂਦੇ ਸੀ, ਸੁਕਾ ਅਤੇ ਵੱਲ ਦਾਣੇ ਪੈਂਦੇ ਸੀ ਇਹਨਾਂ ਕੱਪੜੇ 'ਤੇ ਕੱਢਣ ਤੋਂ ਬਾਅਦ ਵੀ ਵਰਜੀ ਕੁਛ ਸੁਕਾ ਗਿਣਨੇ ਇਹ ਵਾਲੀ ਗਿੱਲੇ ਹਨ। ਇਹ ਦੇਖੋ ਇਹ ਸਾਈਡ ਸਾਈਡ ਤੋਂ ਕੱਪੜਾ ਫੇਰਨੇ ਆਸਤਾ ਆਸਤਾ ਇਹ ਅਸੀਂ ਖੁਸ਼ਕ ਤੇ ਕਰਨਾ ਪਿਆ ਦਾਣੇ, ਕਿਉਂਕਿ ਗਿੱਲੇ ਕੱਪੜੇ ਜਿਹੜੇ ਨਾ ਦਾਣੇ ਵੀ ਪੱਖੀਆਂ ਕੋ ਕਬੂਤਰਾਂ ਕੋ ਨਹੀਂ ਪਾਉਣੇ ਚਾਹੀਦੇ। ਇਹ ਅਸੀਂ ਮਿਹਨਤ ਕਰਨੀ ਪੈਂਦੀ, ਅਗਰ ਪੱਖੀ ਰੱਖ ਜਿਹੜੇ ਜਿੰਨਾ ਵੀ ਵਿਅਰਸ ਪੱਖੀ ਰੱਖੇ ਨਾ ਮਿਹਨਤ ਕਰਨੀ ਪੈਂਦੀ, ਨਾ ਤਾਂ ਮਿਹਨਤ ਬਗੈਰ ਕੁਝ ਨਹੀਂ ਪੈਂਦਾ। ਅਤੇ ਹੁਣ ਇਹਨੂੰ ਮਾਸ਼ਾਅੱਲਾ ਮੋਟਰ ਚੱਲਦੀ ਖੜੀ ਇਮਰਾਨ ਭਾਈ ਘਾਹ ਟੁਕਾਉਂਦਾ ਖਾਤੇ, ਅਤੇ ਮੈਂ ਉਦੋਂ ਦਾਣੇ ਸੱਟਣਾ ਪਿਆ ਉਹ ਇਮਰਾਨ ਭਾਈ ਘਾਹ ਟੁਕਾਉਂਦਾ ਪਏ। ਇਵੇਂ ਹੁਣ ਅਸੀਂ ਦਾਣੇ ਖੁਸ਼ਕ ਰਹਿੰਦੇ ਸੀ, ਖੁਸ਼ਕ ਬਿਲਕੁਲ ਖੁਸ਼ਕ ਕਰ ਗਏ ਇਹਨਾਂ ਨੇ ਸੁਕਾ ਅਤੇ ਸੁਕਾ ਅਤੇ ਵੱਲ ਅਸੀਂ ਰੱਖਣੇ ਪੱਖੀਆਂ ਕੋ, ਇਹ ਦੇਖੋ ਨਾ ਹਾਲੀ ਗਿੱਲੇ ਹਨ, ਥੋੜ੍ਹੀ ਦੇਰ ਨਾਲ ਰੱਖ ਰਹੇ ਸੀ ਖੁਸ਼ਕ ਥੀ ਵੇ ਕੋਲੀ ਮਾਸ਼ਾਅੱਲਾ ਆ ਗਈ ਹੁਣ ਇਹਦੇ ਦਾਣੇ ਪੈਂਦੇ ਸੀ। ਖਾਓ ਅਸੀਂ ਮਾਸ਼ਾਅੱਲਾ ਹੁਣ ਦੇਖੋ ਦਾਣੇ ਦੇ ਖੰਭੇ 'ਤੇ ਅਸੀਂ ਮਾਸ਼ਾਅੱਲਾ ਥੋੜ੍ਹਾ ਜਿਹਾ ਢਿੱਲਾ ਬਿਮਾਰ ਹੈ ਮਾਸ਼ਾਅੱਲਾ, ਅੱਜ ਦਾਣੇ ਜਿਹੜੇ ਇੰਨਾ ਚੰਗੇ ਖੰਭਾ ਪਏ, ਉਮੀਦ ਹੈ ਕਿ ਮੈਂ ਵੀਅਰ ਸੈੱਟ ਕਰ ਗਏ ਸਾਂ ਮੈਂ ਇੱਕ ਦੂਰੀ ਦੇ ਵਿੱਚ ਨਾ। ਇਹ ਮਾਸ਼ਾਅੱਲਾ ਹੁਣ ਦਾਣੇ ਦੇ ਖੰਭੇ, ਅਤੇ ਇਹਨਾਂ ਕੋ ਮਾਸ਼ਾਅੱਲਾ ਜਿਵੇਂ ਦਾਣੇ ਪੈਂਦੇ ਸੀ ਵਾਲੀ ਨਾਲ ਪਾਣੀ ਛਾਣੀ ਰੱਖਦੇ ਸੀ ਸਾਰਿਆਂ ਕੋ ਵਰ ਜਾਂਦੇ ਸੀ ਇਹਨਾਂ ਕੋ, ਦੇਖੋ ਕਿਵੇਂ ਮਾਸ਼ਾਅੱਲਾ ਖੰਭੇ ਪਏ। ਆ ਵਾਂ ਤੂੰ ਖਾ ਗਏ ਨੇ ਜਿਹੜਾ ਕੰਧੀ ਦੇ ਬੇਟੇ ਅਸੀਂ ਸਰਕਾਰੀ ਹੈ ਸਾਰਾ ਡੀਂ ਵਧਾ ਰਹਿੰਦੇ ਖੁੱਲ੍ਹਾ ਦੇਖ ਹੁਣ ਆਉਂਦਾ ਪਏ ਅਸੀਂ ਉਹ ਜਿਹੜਾ ਮੈਂ ਹੱਥ 'ਤੇ ਲਈ ਖੜਾ ਵੀਰ ਹੱਥ 'ਤੇ ਨਾ ਜਿਹੜਾ ਲਈ ਖੜਾ ਮੀ ਪੱਖੀ ਇਹ ਉਹ ਵਾਲਾ ਰੇਸਰ ਕਬੂਤਰ ਇਹ ਪੱਖੀ ਅਗਰ ਹੱਥ 'ਤੇ ਲਾਓ ਤਾਂ ਹੱਥ ਲੱਗ ਪੈਂਦੇ ਅਸੀਂ ਖੁੱਲ੍ਹਾ ਛੋੜੇ ਤਾਂ ਖੁੱਲ੍ਹਾ ਵਧਾ ਰਹਿੰਦੇ।